बथेरियां सी मंजियां ता मंजे खुले डोली होनी चाहिए टुट ले बैठा किथे फिर अगे नहीं रह जाना उथे उथे ओ फ्लड लाइट टूर्नामेंट था नेरे हो ही जाना चिट्टे कपड़े चेंज सुरेश साहब के मामा ने जाकरी साहब टीचर ने स्कूल टीचर इधर डॉक्टर फातिह अली साहब अंजन सुरेश साहब के मामा यंग फार्मर मुजम्मल हुसैन संगा मैं खड़ा होकर बना ला कर लेने अभी कर लेने कोई जरूरी नहीं है अभी ऑफिशियल जिवे रैंडम अपनी कर रहा है रैंडम गपशप भी बेच आ रही है नहीं मैं पूछना चाह रहा था कि अपना पहला मैं दा दूं अस्सलाम वालेकुम जी असि इस टाइम मौजूद हां इधर जी बोल ना ये बेच जा रही आवाज पढ़ जोर ना ना लंदे असि इस टाइम जिला टोबा ਦਾ ਜਿਹੜਾ ਹੈ ਆਪਣਾ ਰੋਡ ਸ਼ੋਰਕੋਟ ਰੋਡ ਆ ਉਹਦੇ ਤੇ ਅਸੀਂ ਬੈਠੇ ਸੀ ਡੱਬਾ ਵਾਲੀ ਸਟੇਸ਼ਨੀ ਆ ਉਹਦੇ ਲੱਗੇ ਆ 302 ਪੱਟੀ ਚੱਕ ਉਹ ਮੇਰੇ ਨਾਨਕਿਆਂ ਦਾ ਪਿੰਡ ਆ ਤੇ ਆ ਮੇਰੇ ਆ ਸਾਰੇ ਮਾਮੂ ਬੈਠੇ ਆ ਇੱਥੇ ਤੇ ਸਿਆਣੇ ਕਹਿੰਦੇ ਵੀ ਦੋ ਵਾਰੀ ਮਾਮਾ ਕਹੀਏ ਤਾਂ ਇੱਕ ਵਾਰੀ ਮਾਮਾ ਬਣਦਾ ਸਾਡਾ ਇੱਥੇ ਬਚਪਨ ਗੁਜ਼ਰਿਆ ਤੇ ਬੜੀ ਵਾਰੀ ਅੱਗੇ ਵੀ ਆਏ ਇੱਥੇ ਲੇਕਿਨ ਉਹ ਜਿਵੇਂ ਕਹਿੰਦੇ ਨਾ ਵੀ ਆ ਸਟਾਰ ਪੂਣਾ ਵੜਿਆ ਸਾਡੇ ਚ ਸੋਸ਼ਲ ਮੀਡੀਆ ਦੀ ਹੁੰਦੀ ਹੈ ਜੀ ਨਾ ਇਹਦਾ ਆਂਦੀ ਦਾ ਪਤਾ ਲੱਗੇ ਨਾ ਜਾਂਦੀ ਦਾ ਪਤਾ ਲੱਗੇ ਉਹ ਜਿੱਦਾਂ ਉਹ ਮਿਸਾਲ ਆ ਨਾ ਕੋਈ ਬੰਦਾ ਸੀ ਤੇ ਉਹਦਾ ਬਾਂਡ ਲੱਗ ਗਿਆ ਕਰੋੜ ਰੁਪਈਏ ਦਾ ਬਾਂਡ ਲੱਗਿਆ ਉਹਨੇ ਆਪਣੇ ਫੋਨ ਕੀਤਾ ਆਪਣੇ ਬੇਲੀ ਨੂੰ ਬਾਹਰਲੇ ਮੁਲਕ ਉਹਨੇ ਕਿਹਾ ਆਇਆ ਛੱਡ ਕੇ ਹੁਣ ਤਾਂ ਵਾਰੇ ਨਿਆਰੇ ਕਰੋੜ ਰੁਪਈਏ ਦਾ ਬਾਂਡ ਲੱਗ ਗਿਆ ਉਹ ਕਹਿੰਦਾ ਯਾਰ ਮੈਂ ਇੱਕ ਵਾਰੀ ਇੱਥੇ ਕਿਤੇ ਮਸਰੂਫ ਆ ਤੈਨੂੰ ਮੈਂ 2 ਮਿੰਟਾਂ ਬਾਅਦ ਕਾਲ ਕਰਦਾ ਉਹ ਬੈਂਕ ਚੋਂ ਪੈਸੇ ਲੈ ਕੇ ਬਾਹਰ ਨਿਕਲਿਆ ਨਾ ਤੇ ਅੱਗੇ ਜੂਆ ਖੇਡ ਰਹੇ ਸੀ ਬੰਦੇ ਉਹਨੇ ਕਰੋੜ ਰੁਪਈਆ ਲਾਤਾ ਜੂਏ ਤੇ ਉਹ ਹਾਰ ਗਿਆ ਜਿਹਦਾ ਬਾਂਡ ਲੱਗਾ ਮੌਕੇ ਤੇ ਹਾਰ ਗਿਆ 10 ਮਿੰਟਾਂ ਬਾਅਦ ਉਹਨੂੰ ਬਾਹਰਲੇ ਨੇ ਫੋਨ ਕੀਤਾ ਕਹਿੰਦਾ ਯਾਰ ਅੱਗੇ ਤਾਂ ਮੈਂ ਹੁਣ 10 ਵੇਲਾ ਹੁਣ 10 ਤੇ ਬੜੀ ਰੱਬ ਨੇ ਤੇਰੀ ਬਾਹ ਫੜੀ ਕਹਿੰਦਾ ਰੱਬ ਨੇ ਤਾਂ ਫੜੀ ਸੀ ਤੂੰ ਮੇਰੀ ਛਡਾਣੀਆਂ ਨਹੀਂ ਵੇਖੀ ਉਹ ਗੱਲ ਆ ਵੀ ਉਹ ਇਹ ਤਾਂ ਸੋਸ਼ਲ ਮੀਡੀਆ ਅੱਛਾ ਜੀ ਮੈਂ ਆਪਣਾ ਹੈ ਇਹਨਾਂ ਦੀ ਗੋਤ ਆ ਮੇਰੇ ਨਾਨਕਿਆਂ ਦੀ ਗੋਤ ਆ ਸੰਘਾ ਜੱਟ ਸੰਘਾ ਇਹ ਕਿਹੜਾ ਆਪਣਾ ਜ਼ਿਲ੍ਹਾ ਪਿੱਛੋਂ ਕਿਹੜਾ ਸੀ ਭਲਾ ਰਿਆਸਤ ਪਟਿਆਲਾ ਸਾਡੀ ਵੀ ਸੀ ਸਾਡਾ ਜ਼ਿਲ੍ਹਾ ਅੰਬਾਲਾ ਸੀ ਤੁਹਾਡਾ ਵੀ ਅੰਬਾਲਾ ਸੀ ਰਿਆਸਤ ਵਾ ਜ਼ਿਲ੍ਹਾ ਪਟਿਆਲਾ ਹੀ ਸੀ ਤੁਹਾਡਾ ਸਾਡਾ ਰਿਆਸਤ ਪਟਿਆਲਾ ਸੀ ਜ਼ਿਲ੍ਹਾ ਅੰਬਾਲਾ ਸੀ ਇਹ ਫਰਕ ਉੱਥੋਂ ਸਫ਼ਰ ਵੀ ਹੋਣਾ ਅੰਬਾਲੇ ਦਾ ਮੇਰਾ ਵਲੌਗ ਰਹਿ ਜਾਣਾ